ਲੱਗਦੀਆਂ ਉਹ ਕਹਿੰਦਾ ਕਾਰਪੇਟ ਆਈ ਜਿਸ ਮੋਨਾ ਲਾਉਂਦਾ ਸੀ ਜਿਵੇਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿ ਕੋਈ ਵਜਨ ਚੀਜ਼ ਬਾਹਰ ਸੁੱਟ ਦਿੱਤੀ ਆਪ ਗੱਡੀ ਭਜਾਉਣ ਦੀ ਕੋਸ਼ਿਸ਼ ਜਿਹਨਾਂ ਨੇ ਉਹਨਾਂ ਨੂੰ ਬੰਦ ਕੀਤਾ ਅਤੇ ਚੈੱਕ ਕਰਨ 'ਤੇ 260 ਗ੍ਰਾਮ ਹੈਰੋਇਨ ਬਰਾਮਦ ਹੋਈ। ਇਹਦੀ 100 ਕਰੋੜ ਰੁਪਈਆ ਜਿਹਦਾ ਨਾਮ ਪਤਾ ਪੁੱਛਣ 'ਤੇ ਜਸਵਿੰਦਰ ਸਿੰਘ ਦੀ ਜੱਸਾ ਅਤੇ ਦੋ ਭਰਾ ਜਿਹੜੇ ਭਗੌੜੇ ਉਹ ਇਹਨੂੰ ਸਪਲਾਈ ਦਿੰਦੇ ਆ ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ। ਸੁਲਤਾਨਪੁਰ ਲੋਧੀ ਪੁਲਿਸ ਨੇ ਕਰੇਟਾ ਸਵਾਰ ਵਿਅਕਤੀ ਨੂੰ 260 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਉਹਨਾਂ ਵੱਲੋਂ ਨਾਕੇਬੰਦੀ ਕੀਤੀ ਹੋਈ ਸੀ ਤਾਂ ਪਿੰਡ ਅਹਿਮਦਪੁਰ ਛਤਰਾਂ ਵੱਲੋਂ ਕਾਰ ਸਵਾਰ ਨੌਜਵਾਨ ਨੇ ਉਹਨਾਂ ਨੂੰ ਦੇਖ ਕੇ ਗੱਡੀ ਵਿੱਚੋਂ ਇੱਕ ਲਿਫਾਫਾ ਬਾਹਰ ਸੁੱਟ ਦਿੱਤਾ ਅਤੇ ਕਾਰ ਨੂੰ ਮੋੜ ਕੇ ਭੱਜਣ ਲੱਗਾ ਤਾਂ ਉਹਨਾਂ ਵੱਲੋਂ ਸ਼ੱਕ ਦੇ ਆਧਾਰ ਤੇ ਉਸ ਨੂੰ ਕਾਬੂ ਕਰ ਲਿਆ ਗਿਆ। ਜ਼ਿਕਰਯੋਗ ਹੈ ਕਿ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 125 ਕਰੋੜ ਰੁਪਏ ਹੈ। ਉਧਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਸਵੇਰ ਚੌਂਕੀ ਇੰਚਾਰਜ ਮੋਠਾਂ ਵਾਲਾ ਸਰਦਾਰ ਗੁਰਦੀਪ ਸਿੰਘ ASI ਨੇ ਲਾਟੀਆਂ ਹਾਲ ਤੋਂ ਆਇਆ ਪਰ ਸੁਣਨਾ ਨਹੀਂ ਆਉਂਦਾ। ਰਸਤੇ ਦੇ ਵਿੱਚ ਇੱਕ ਜਗ੍ਹਾ ਭੇਜੀ ਉੱਥੇ ਨਾਕਾਬੰਦੀ ਕੀਤੀ ਹੋਈ ਇੱਕ ਲਾਟੀਆਂ ਵਾਲਾ ਤੋਂ ਕਾਰਪੇਟ ਆਈ ਜਿਸ 'ਚ ਮੋਨਾ ਲਾਉਂਦਾ ਸੀ ਜਿਵੇਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿ ਕੋਈ ਵਜਨ ਚੀਜ਼ ਬਾਹਰ ਸੁੱਟ ਦਿੱਤੀ ਆਪ ਗੱਡੀ ਭਜਾਉਣ ਦੀ ਕੋਸ਼ਿਸ਼ ਜਿਹਨਾਂ ਨੇ ਉਹਨਾਂ ਨੂੰ ਕੀਤਾ ਅਤੇ ਚੈੱਕ ਕਰਨ 'ਤੇ 260 ਗ੍ਰਾਮ ਹੈਰੋਇਨ ਬਰਾਮਦ ਹੋਈ। ਇਹਦੀ ਮਾਰਕੀਟ ਕਿੰਨੀ ਕੀਮਤ ਹੈ ਹੈਰੋਇਨ ਦੀ? ਇਹਦੀ 100 ਕਰੋੜ ਰੁਪਈਆ ਜਿਹਦਾ ਨਾਮ ਪਤਾ ਪੁੱਛਣ 'ਤੇ ਜਸਵਿੰਦਰ ਸਿੰਘ ਦੀ ਜੱਸਾ ਪੁੱਤਰ ਬਲਵੰਤ ਸਿੰਘ ਵਾਸੀ ਲਾਟੀਆਂ ਵਾਲਾ। ਹੁਣ ਕਿਸ ਤਰ੍ਹਾਂ ਮਾਮਲਾ ਦਰਜ ਕੀਤਾ ਗਿਆ? ਇਹ 21-85 ਦੇ ਜੁਰਮ ਕਰਮਾਂ ਦਰਜ ਕਰਤਾ। ਇਹਦੀ ਪੁੱਛਗਿੱਛ ਸੀ ਜਿਹੜਾ ਇਹਨੇ ਦੱਸਿਆ ਕਿ ਇਹਦੇ ਦੋ ਭਰਾ ਜਿਹੜੇ ਭਗੌੜੇ ਉਹ ਇਹਨੂੰ ਸਪਲਾਈ ਦਿੰਦੇ ਆ ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ। ਅੰਤਰਰਾਸ਼ਟਰੀ ਮਾਰਕੀਟ ਹੈਰੋਇਨ ਦੀ ਕੀਮਤ ਕਿੰਨੀ ਬਤਾਈ ਜਾ ਰਹੀ ਹੈ? 100 ਕਰੋੜ। ਸੁਲਤਾਨਪੁਰ ਲੋਧੀ ਤੋਂ ਸਿਮਰਨਜੀਤ ਸਿੰਘ ਦੀ ਰਿਪੋਰਟ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।